ਤਾਂ ਦੱਸ ਦੇ ਕਿ ਵੱਡੀ ਖਬਰ ਆ ਰਹੀ ਹੈ, ਡਿਊਟੀ ਦੌਰਾਨ 22 ਸਾਲਾ ਅਗਨੀਵੀਰ ਨੌਜਵਾਨ ਸ਼ਹੀਦ ਹੋ ਗਿਆ, ਜੋ ਕਿ ਕਰੀਬ 2 ਸਾਲ ਪਹਿਲਾਂ ਅਗਨੀਵੀਰ ਸੈਨਾ ਦੇ ਵਿੱਚ ਸ਼ਾਮਿਲ ਹੋਇਆ ਸੀ। ਤਾਂ ਸ਼ਹੀਦ ਅਗਨੀਵੀਰ ਦੀ ਮ੍ਰਿਤਕ ਦੇ ਉਸਦੇ ਜੱਦੀ ਪਿੰਡ ਪਹੁੰਚੀ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ਤੇ ਸ਼ਰਧਾਂਜਲੀ ਦੇਣ ਪਹੁੰਚਦੇ ਨੇ। ਤਾਂ ਸੈਨਾ ਦੇ ਰੀਤੀ ਰਿਵਾਜ ਦੇ ਨਾਲ ਇਸਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਮੌਕੇ ਤੇ ਮਾਤਾ ਪਿਤਾ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ। ਤਾਂ ਦੱਸ ਦੇ ਕਿ ਮ੍ਰਿਤਕ ਸੁਖਵਿੰਦਰ ਸਿੰਘ ਫੌਰ ਸਿਖਲਾਈ ਯੂਨਿਟ ਦੇ ਵਿੱਚ ਕੰਮ ਕਰਦਾ ਸੀ। ਤਾਂ ਤਿਰੰਗਾ ਝੰਡਾ ਲਹਿਰਾ ਕੇ ਇਸ ਸ਼ਹੀਦ ਨੂੰ ਸਲਾਮੀ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਬਰਨਾਲਾ ਦੇ ਪਿੰਡ ਮਹਿਤਾ ਦਾ ਇਹ 22 ਸਾਲ ਦਾ ਨੌਜਵਾਨ ਸੀ ਸੁਖਵਿੰਦਰ ਸਿੰਘ, ਜੋ ਕਿ ਕਰੀਬ 2 ਸਾਲ ਪਹਿਲਾਂ ਅਗਨੀਵੀਰ ਸੈਨਾ ਦੇ ਵਿੱਚ ਸ਼ਾਮਿਲ ਹੋਇਆ ਸੀ। ਤਾਂ ਉਮਰ ਇਸਦੀ ਸਿਰਫ 22 ਸਾਲ ਸੀ, ਛੋਟੀ ਉਮਰ ਦੇ ਵਿੱਚ ਹੀ ਦੇਸ਼ ਦੇ ਲੇਖੇ ਆਪਣੀ ਜ਼ਿੰਦਗੀ ਲਗਾ ਗਿਆ। ਤਾਂ ਦੱਸਦੇ ਕਿ ਜੰਮੂ ਦੇ ਵਿੱਚ ਤੈਨਾਤ ਸੀ, ਜਿੱਥੇ ਡਿਊਟੀ ਕਰ ਰਿਹਾ ਸੀ। ਤਾਂ ਡਿਊਟੀ ਦੌਰਾਨ ਇਸ ਦੀ ਮੌਤ ਹੋਈ ਹੈ। ਤਾਂ 2 ਸਾਲ ਪਹਿਲਾਂ ਅਗਨੀਵੀਰ ਸੈਨਾ ਦੇ ਵਿੱਚ ਸ਼ਾਮਿਲ ਹੋਇਆ ਸੀ। ਤਾਂ ਮੌਤ ਤੋਂ ਬਾਅਦ ਮ੍ਰਿਤਕ ਤੇ ਉਸਦੇ ਜੱਦੀ ਪਿੰਡ ਪਹੁੰਚਦੀ ਹੈ, ਜਿੱਥੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੁੰਦੀ ਹੈ। ਤਾਂ ਸੈਨਾ ਦੇ ਰੀਤੀ ਰਿਵਾਜਾਂ ਦੇ ਨਾਲ ਇਸਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਤਾਂ ਤਿਰੰਗਾ ਝੰਡਾ ਫਹਿਰਾ ਕੇ ਇਸ ਸ਼ਹੀਦ ਨੂੰ ਅੰਤਿਮ ਸਲਾਮੀ ਵੀ ਦਿੱਤੀ ਜਾਂਦੀ ਹੈ। ਤਾਂ ਬਰਨਾਲਾ ਦਾ ਰਹਿਣ ਵਾਲਾ ਸੀ ਇਹ 22 ਸਾਲ ਦਾ ਨੌਜਵਾਨ, ਜਿਹੜਾ ਕਿ ਛੋਟੇ ਉਮਰੇ ਹੀ ਦੇਸ਼ ਦੇ ਨਾਂ ਆਪਣੀ ਜ਼ਿੰਦਗੀ ਲਗਾ ਗਿਆ। ਤਾਂ ਦੱਸ ਦੇ ਕਿ ਵੱਡੀ ਖਬਰ ਆ ਰਹੀ ਹੈ, ਡਿਊਟੀ ਦੌਰਾਨ 22 ਸਾਲਾ ਅਗਨੀਵੀਰ ਨੌਜਵਾਨ ਸ਼ਹੀਦ ਹੋ ਗਿਆ, ਜੋ ਕਿ ਕਰੀਬ 2 ਸਾਲ ਪਹਿਲਾਂ ਅਗਨੀਵੀਰ ਸੈਨਾ ਦੇ ਵਿੱਚ ਸ਼ਾਮਿਲ ਹੋਇਆ ਸੀ। ਤਾਂ ਸ਼ਹੀਦ ਅਗਨੀਵੀਰ ਦੀ ਮ੍ਰਿਤਕ ਦੇ ਉਸਦੇ ਜੱਦੀ ਪਿੰਡ ਪਹੁੰਚੀ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ਤੇ ਸ਼ਰਧਾਂਜਲੀ ਦੇਣ ਪਹੁੰਚਦੇ ਨੇ। ਤਾਂ ਸੈਨਾ ਦੇ ਰੀਤੀ ਰਿਵਾਜ ਦੇ ਨਾਲ ਇਸਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਮੌਕੇ ਤੇ ਮਾਤਾ ਪਿਤਾ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ। ਤਾਂ ਦੱਸ ਦੇ ਕਿ ਮ੍ਰਿਤਕ ਸੁਖਵਿੰਦਰ ਸਿੰਘ ਫੌਰ ਸਿਖਲਾਈ ਯੂਨਿਟ ਦੇ ਵਿੱਚ ਕੰਮ ਕਰਦਾ ਸੀ। ਤਾਂ ਤਿਰੰਗਾ ਝੰਡਾ ਲਹਿਰਾ ਕੇ ਇਸ ਸ਼ਹੀਦ ਨੂੰ ਸਲਾਮੀ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਬਰਨਾਲਾ ਦੇ ਪਿੰਡ ਮਹਿਤਾ ਦਾ ਇਹ 22 ਸਾਲ ਦਾ ਨੌਜਵਾਨ ਸੀ ਸੁਖਵਿੰਦਰ ਸਿੰਘ, ਜੋ ਕਿ ਕਰੀਬ 2 ਸਾਲ ਪਹਿਲਾਂ ਅਗਨੀਵੀਰ ਸੈਨਾ ਦੇ ਵਿੱਚ ਸ਼ਾਮਿਲ ਹੋਇਆ ਸੀ। ਤਾਂ ਉਮਰ ਇਸਦੀ ਸਿਰਫ 22 ਸਾਲ ਸੀ, ਛੋਟੀ ਉਮਰ ਦੇ ਵਿੱਚ ਹੀ ਦੇਸ਼ ਦੇ ਲੇਖੇ ਆਪਣੀ ਜ਼ਿੰਦਗੀ ਲਗਾ ਗਿਆ। ਤਾਂ ਦੱਸਦੇ ਕਿ ਜੰਮੂ ਦੇ ਵਿੱਚ ਤੈਨਾਤ ਸੀ, ਜਿੱਥੇ ਡਿਊਟੀ ਕਰ ਰਿਹਾ ਸੀ। ਤਾਂ ਡਿਊਟੀ ਦੌਰਾਨ ਇਸ ਦੀ ਮੌਤ ਹੋਈ ਹੈ। ਤਾਂ 2 ਸਾਲ ਪਹਿਲਾਂ ਅਗਨੀਵੀਰ ਸੈਨਾ ਦੇ ਵਿੱਚ ਸ਼ਾਮਿਲ ਹੋਇਆ ਸੀ। ਤਾਂ ਮੌਤ ਤੋਂ ਬਾਅਦ ਮ੍ਰਿਤਕ ਤੇ ਉਸਦੇ ਜੱਦੀ ਪਿੰਡ ਪਹੁੰਚਦੀ ਹੈ, ਜਿੱਥੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੁੰਦੀ ਹੈ। ਤਾਂ ਸੈਨਾ ਦੇ ਰੀਤੀ ਰਿਵਾਜਾਂ ਦੇ ਨਾਲ ਇਸਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਤਾਂ ਤਿਰੰਗਾ ਝੰਡਾ ਫਹਿਰਾ ਕੇ ਇਸ ਸ਼ਹੀਦ ਨੂੰ ਅੰਤਿਮ ਸਲਾਮੀ ਵੀ ਦਿੱਤੀ ਜਾਂਦੀ ਹੈ। ਤਾਂ ਬਰਨਾਲਾ ਦਾ ਰਹਿਣ ਵਾਲਾ ਸੀ ਇਹ 22 ਸਾਲ ਦਾ ਨੌਜਵਾਨ, ਜਿਹੜਾ ਕਿ ਛੋਟੇ ਉਮਰੇ ਹੀ ਦੇਸ਼ ਦੇ ਨਾਂ ਆਪਣੀ ਜ਼ਿੰਦਗੀ ਲਗਾ ਗਿਆ।